ਲੈਟਰ ਦਿਓਗੇ ਲਿਖ ਕੇ ਅਸੀਂ ਕੈਂਸਲ ਕਰਨੀ ਭੰਗ ਕਰਾਉਣੀ ਚਾਹੁੰਦੇ ਦੁਬਾਰਾ ਇਲੈਕਸ਼ਨ ਨਵੀਂ ਕਮੇਟੀ ਇਲੈਕਟ ਕਰਨੀ ਤਾਂ ਹੁੰਦੀ ਹੁੰਦੀ ਹੈ ਜਿਹੜੇ ਬੰਦੇ ਤੁਹਾਡੇ 'ਚ ਕੋਈ ਜਾਣਦੇ ਆ ਕੋਰਟ ਦਾ ਕੰਮ ਜਾਏਗਾ ਉਹ ਤੈਨੂੰ ਕਿੱਦਾਂ ਹੁੰਦਾ ਕੰਮ ਉਸ ਤਰੀਕੇ ਨਾਲ ਹੋਣਾ ਸਾਰਾ ਇੱਕ ਪਾਸੇ ਆਇਆ ਕਿੰਨੇ ਸਾਲ ਹੋ ਚੱਲੇ ਵਾ ਇਹਨੂੰ ਇਹ ਕੰਮ ਕਰਦੇ ਨੂੰ ਇਹਨੇ ਕੀ ਕੀਤਾ ਅੱਜ ਤੱਕ ਕੁਛ ਨਹੀਂ ਕੀਤਾ ਹੈਗਾ ਨਾ ਪਾਣੀ ਦਾ ਕੋਈ ਹੈਗਾ ਪ੍ਰਬੰਧ ਕਿ ਨਾ ਕੋਈ ਬਿਜਲੀ ਦਾ ਨਾ ਕੋਈ ਪੱਖਿਆਂ ਦਾ ਠੀਕ ਹੈ ਇਹਨੇ ਕੀਤਾ ਕੀ ਆ ਇਹ ਮੁੰਡਿਆਂ ਨੂੰ ਦੱਸੇ ਵੀ ਮੈਂ ਕਰਦਾ ਕੀ ਆ ਜਦੋਂ ਕਿਦੋਂ ਕਹਿ ਦੂ ਘੱਲ ਹੈ ਮੈਂ ਜਦੋਂ ਕਰੰਟਾਂ ਮਿਲ ਜਾਂਦੀਆਂ ਵਾ ਉਦੋਂ ਆ ਜਾਂਦਾ ਵਾ ਫਿਰ ਕੀ ਇਹ ਕਰਦਾ ਕੁਛ ਨੀ ਕਰਦਾ ਹੈਗਾ ਇਹ ਇੰਦਰਜੀਤ ਸਿੰਘ ਕਾਕਾ ਹਾਂਜੀ ਬਸ ਸਾਨੂੰ ਇਹੀ ਕਹੀ ਜਾਂਦਾ ਮੈਂ ਐਤਵਾਰ ਆਊਂਗਾ ਮੈਂ ਇਹ VIP ਤਾਂ ਹੈ ਨੀਗਾ 400 ਬੰਦੇ ਨੂੰ ਇਕੱਲਾ ਇੱਕ ਬੰਦਾ ਪਰੇਸ਼ਾਨ ਕਰਦਾ ਪਿਆ ਕੀ ਵਜ੍ਹਾ ਵਾ ਪੁਲਿਸ ਵਾਲੇ ਇਹਦੀ ਗੱਲ ਇਹਦੀ ਸਪੋਰਟ 'ਚ ਸਾਡੀ ਕੋਈ ਵੈਲਿਊ ਨਹੀਂ ਹੈਗੀ ਅਸੀਂ ਪਿੰਡ ਦੇ ਨਹੀਂ ਹੈਗੇ ਅਸੀਂ ਵੋਟਾਂ ਨਹੀਂ ਪਾਉਂਦੇ ਅਸੀਂ ਇਹ ਮੰਗ ਕਰਦੇ ਵੀ ਸਾਡੇ ਬੱਚਿਆਂ ਨੂੰ ਇਹ ਚਾਬੀ ਦੇ ਦੇਵੇ ਸਾਡੇ ਬੱਚੇ ਆਪ ਹੀ ਦੱਸਣਗੇ 2 ਸਾਲਾਂ ਦੇ ਵਿੱਚ ਵੀ ਇਹ ਕੀ ਬਣਾ ਰਹੇ ਨੇ ਇਹਨਾਂ ਨੇ ਧਰਮਸ਼ਾਲਾ ਵਾ ਦੋ ਇਹਨਾਂ ਨੇ ਕੀ ਕੀਤਾ ਅੱਜ ਤੱਕ ਸਾਡੇ ਅੱਜ ਦੀ ਜਨਰੇਸ਼ਨ ਨੂੰ ਟਾਈਮ ਦਿੱਤਾ ਜਾਵੇ ਜੇ ਬੱਚੇ ਅੱਗੇ ਲੱਗੇ ਆ ਇਹਨਾਂ ਨੂੰ ਚਾਹੀਦਾ ਵਾ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਰਹਿਣ ਕੋਈ ਨੀ ਸਾਥ ਦਿੰਦਾ ਸਾਰੇ ਮਿਲੇ ਹੋਏ ਆ ਇਹਨਾਂ ਨਾਲ ਇਹਨਾਂ ਨੇ ਗਰੰਟਾਂ ਕੱਟੀਆਂ ਕੀਤੀਆਂ ਹੋਈਆਂ ਵਾ ਇਹਨਾਂ ਨੇ ਕਿਹੜਾ ਆਪਣੇ ਪੱਲਿਓ ਪੈਸੇ ਲਾਏ ਆ ਗਰੰਟਾਂ ਕੱਟੀਆਂ ਕਰ ਲੈਂਦੇ ਵਾ ਤੇ ਚੱਲ ਮੇਰੇ ਭਾਈ ਹਾਂਜੀ ਹਾਂਜੀ ਚੁਣਿਆ ਅਸੀਂ ਵੇਖਦੇ ਆ ਰਹੇ ਹਾਂ 20 ਸਾਲ ਹੋ ਚੱਲੇ ਆ ਅਸੀਂ ਅੱਜ ਦੇ ਨਹੀਂ ਵੀਰ ਜੀ ਖਿਲਾਫ ਹੈਗਾ ਅਸੀਂ ਅੱਜ ਦੇ ਨਹੀਂ ਖਿਲਾਫ ਹੈਗੇ ਅੱਜ ਦੇ ਨਹੀਂ ਅਸੀਂ ਇਹਨਾਂ ਦੇ ਖਿਲਾਫ ਬੜੇ ਸਾਲਾਂ ਤੋਂ ਅਸੀਂ ਇਹਨਾਂ ਦੇ ਖਿਲਾਫ ਹਾਂ ਦੇਖਦੇ ਆ ਰਹੇ ਹਾਂ ਬਹੁਤ ਚਿਰ ਤੋਂ ਕੋਈ ਸਾਨੂੰ ਕਿਸੇ ਨੇ ਕੋਈ ਸਹਿਯੋਗ ਨਹੀਂ ਹੁਣ ਵੀ ਗਏ ਆ ਬਸ ਸਾਨੂੰ ਲਾਰੇ ਲਾ ਕੇ ਆ ਗਏ ਆ ਅਸੀਂ ਆਏ ਆ ਫਟਾਫਟ ਮੋਟਰਸਾਈਕਲ ਲੈ ਕੇ ਚੱਲ ਗਏ ਇਹ ਕੀ ਬਾਤ ਸਾਡੀ ਕੋਈ ਵੈਲਿਊ ਨਹੀਂ ਹੈਗੀ ਚਾਰ ਬੰਦੇ ਬੈਠ ਕੇ ਅੰਦਰ ਸੁਧਾਰ ਤੇ ਚਾਰ ਬੰਦੇ ਅੰਦਰ ਚੱਲ ਜਾਣਾ ਅਸੀਂ ਬਾਹਰ ਖੜੇ ਅਸੀਂ ਕਿਹੜਾ ਸਾਰੇ ਅੰਦਰ ਜਾ ਰਹੇ ਉਹ ਚਾਬੀ ਦੇ ਦੇਵਾ ਬੱਚਿਆਂ ਨੂੰ 2 ਸਾਲ ਬੱਚਿਆਂ ਨੂੰ ਵੀ ਕਵੇ ਵੀ ਤੁਸੀਂ ਚਲਾ ਕੇ ਦੇਖੋ
ਸਾਰੇ 4 ਵਜੇ ਤੋਂ ਆਣ ਕੇ ਖੜਜੇ, ਲੇਡੀਜ਼ ਵੀ ਮੁੰਡੇ ਵੀ ਬੰਦੇ ਵੀ ਕੰਮਾਂ ਕਾਰਾਂ ਵਾਲੇ ਆ, ਵਿਹਲੇ ਤਾਂ ਕੋਈ ਹੈ ਨੀ, ਇਹ ਕੰਮ ਕਰ ਵਾਲਾ ਵਾ, ਇਹਨੇ ਤਾਂ ਗਰਾਂਟਾਂ ਦਾ ਖਾਣਾ ਵਾ। ਮੈਂ ਸਾਡੇ ਪਿੰਡ ਦੀ ਗਰਾਂਟ ਆ, ਉਹ ਕਿਸ ਤਰ੍ਹਾਂ ਖਾ ਜਾਂਦੇ ਪੈ ਕੇ, ਕਿੱਧਰ ਗਈਆਂ ਗਰਾਂਟਾਂ, ਗਰਾਂਟਾਂ ਜਿਹੜੀਆਂ ਆਈਆਂ ਕਿੱਧਰ ਗਈਆਂ? ਅਸੀਂ ਉਹਦਾ ਹਿਸਾਬ ਮੰਗਦੇ ਹਾਂ, ਅਸੀਂ ਉਹਦਾ ਜਿੰਨੀਆਂ ਦਿੱਤੀਆਂ ਹੋਈਆਂ ਪੂਰੇ ਦਾ ਪੂਰਾ ਸਾਨੂੰ ਹਿਸਾਬ ਦੇਣ, ਜੇ ਨਹੀਂ ਤੇ ਥਾਣੇ ਦੇ ਵਿੱਚ ਅੰਦਰ ਜਾਣ ਦਾ ਪਰਚਾ ਦਿੰਦੇ ਹਾਂ, ਅਸੀਂ ਪੈਸਾ ਲਾਉਂਦੇ ਹਾਂ ਅੰਦਰ ਜਾਣਗੇ, ਪੈਸਾ ਮੈਂ ਲਾਉਂਦਾ, ਜੇ ਨਹੀਂ ਤਾਂ ਪੈਸਾ ਮੈਂ ਲਾਉਂਦਾ, ਇਹ ਅੰਦਰ ਜਾਣਗੇ, ਇਹ ਹਿਸਾਬ ਅੱਜ ਹੀ ਮਿਲੂਗਾ, ਅੱਜ ਹੀ ਦਿੱਤਾ ਜਾਊਗਾ। ਹੈਂ, ਸਾਰਾ ਪਿੰਡ ਇੱਥੇ ਇਕੱਠਾ ਹੋਇਆ ਇਹਨਾਂ ਦੀ ਖਾਤਰ। ਬਾਈ ਜੀ, ਮਸਲਾ ਹੈਗਾ ਪਿੰਡ ਦੀ ਧਰਮਸ਼ਾਲਾ ਦਾ, 12 ਸਾਲ ਤੋਂ ਇੱਕ ਜਿਹੜੀ ਆਪਣੀ ਹੈਗੀ ਕਮੇਟੀ ਪਿੰਡ ਦੀ, ਉਹਨਾਂ ਨੇ 12 ਸਾਲ ਦੇ ਉੱਤੇ ਕਬਜ਼ਾ ਕੀਤਾ ਹੋਇਆ ਜੀ, ਲਾ ਲਓ ਤੁਸੀਂ, ਇਹ ਹੈਗੀ ਜੀ ਜਮਾਲਪੁਰ ਕੁੜੀਆਲ ਦੀ, ਇਹ ਕਮੇਟੀ ਬਣੀ ਹੋਈ ਸੀ 12 ਸਾਲ ਪਹਿਲਾਂ ਜੀ, 12 ਸਾਲ ਤੋਂ ਪਹਿਲਾਂ ਜਿਹੜੀ ਕਮੇਟੀ ਬਣੀ, ਜਿੱਥੇ ਕੰਮ ਹੋਇਆ ਉੱਥੇ ਹੀ ਖੜ ਗਿਆ ਜੀ, ਉਦੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ, ਨਾ ਕੋਈ ਪਾਣੀ ਦਾ ਉੱਥੇ ਪ੍ਰਬੰਧ ਹੈ ਜੀ, ਨਾ ਕੋਈ ਬਾਥਰੂਮਾਂ ਦਾ, ਨਾ ਲਾਈਟ ਦਾ, ਹਰੇਕ ਸਾਲ ਜਦੋਂ ਪ੍ਰੋਗਰਾਮ ਹੁੰਦੇ ਆ, ਸੀਜ਼ਨ ਆਉਂਦਾ ਜੀ, ਉਹਦੇ ਵਿੱਚੋਂ ਨਾ ਕੋਈ ਤਾਰ ਹੁੰਦੀ ਆ ਬਿਜਲੀ ਦੀ, ਜੇ ਸੜ ਜਾਂਦੀ ਆ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਆ, 3100 ਰੁਪਇਆ ਲੈਂਦੇ ਆ ਜੀ ਆਪਣਾ ਸ਼ਗਨ, ਸ਼ਗਨ ਜਦੋਂ ਲੈਂਦੇ ਆ ਉਹਦਾ ਕੋਈ ਮਤਲਬ ਉਹ ਨਹੀਂ ਕਰਦੇ ਜੀ, ਇਹ ਕੋਈ ਹਿਸਾਬ ਨਹੀਂ, ਸੰਭਾਲ ਰਿਹਾ ਜੀ ਕਾਕਾ ਇੰਦਰਜੀਤ ਸਿੰਘ। ਅੱਜ ਰੋਲਾ ਇਹੀ ਹੈ ਜੀ, ਅਸੀਂ ਕਮੇਟੀ ਬਦਲਣੀ ਆ, ਕਮੇਟੀ ਬਦਲਣੀ ਆ, 3 ਵਾਰ ਟਾਈਮ ਪੈ ਗਿਆ ਜੀ, ਥਾਣੇ ਵਾਲਿਆਂ ਨੇ 3 ਵਾਰ ਟਾਈਮ ਪਾਇਆ ਜੀ ਸਾਡਾ, ਤੇ ਜਦੋਂ ਅਸੀਂ ਉੱਥੇ ਛੱਡਦੇ ਹਾਂ, ਜਦੋਂ ਉੱਥੇ ਹਰੇਕ ਐਤਵਾਰ ਦਾ ਜਦੋਂ ਆਪਣਾ ਟਾਈਮ ਹੁੰਦਾ ਜੀ, ਉੱਥੇ ਬੁਲਾ ਲੈਂਦੇ ਆ, ਪਿੰਡ ਇਕੱਠਾ ਹੋ ਜਾਂਦਾ ਜੀ, ਤਾਂ ਆਪ ਪਹੁੰਚਦੇ ਨਹੀਂ ਉੱਥੇ, ਜਦੋਂ ਜੋ ਵੀ ਮਿੱਥਿਆ ਟਾਈਮ ਹੁੰਦਾ ਜੀ। ਅੱਜ ਵੀ ਜਿਹੜਾ ਟਾਈਮ ਪਿਆ ਜੀ ਧਰਮਸ਼ਾਲਾ ਦਾ ਪਿਆ ਸੀਗਾ ਜੀ, ਜਦੋਂ ਅਸੀਂ ਧਰਮਸ਼ਾਲਾ ਪਹੁੰਚੇ 4 ਵਜੇ ਦੇ ਸਾਰੇ ਬੰਦੇ ਪਹੁੰਚੇ ਸੀਗੇ, ਸਾਨੂੰ ਥਾਣੇ ਵਾਲੇ ਕਹਿੰਦੇ ਤੁਹਾਨੂੰ 5 ਵਜੇ ਦਾ ਟਾਈਮ ਦਿੱਤਾ ਸੀਗਾ ਜੀ, ਮੌਜੂਦਾ ਟਾਈਮ 'ਤੇ ਉੱਥੇ ਇਹ ਵੀ ਨਹੀਂ ਪਹੁੰਚੇ ਨਾ ਥਾਣੇ ਵਾਲੇ ਪਹੁੰਚੇ ਆ ਜੀ, ਬਾਅਦ ਦੇ ਵਿੱਚ 6:45 ਵਜੇ ਆ ਕੇ ਕਹਿੰਦੇ ਆ ਤੁਹਾਨੂੰ ਤਾਂ ਥਾਣੇ ਸੱਦਿਆ ਹੋਇਆ ਸੀਗਾ, ਸਾਨੂੰ ਸੱਦਿਆ ਸੀਗਾ, ਪਰ ਸਾਨੂੰ ਕਿਸੇ ਨੂੰ, ਸਾਰੇ ਪਿੰਡ ਨੂੰ ਸੱਦਿਆ, ਪਿੰਡ ਜਮਾਲਪੁਰ ਨੂੰ ਜੀ। ਹਾਂਜੀ ਧਰਮਸ਼ਾਲਾ ਦੀ ਕਮੇਟੀ 'ਚ 2 ਪਾਰਟੀਆਂ ਆ, ਇੱਕ ਕਮੇਟੀ ਪਹਿਲਾਂ ਬਣੀ ਆ, ਦੂਸਰੀ ਧਿਰ ਕਹਿੰਦੀ ਆ ਵੀ ਅਸੀਂ ਕਮੇਟੀ ਚੇਂਜ ਕਰਨੀ, ਇਹਨਾਂ ਦਾ ਆਪਸੀ ਬਿਠਾ ਕੇ ਸੁਣਵਾਈ ਕਰ ਰਹੇ ਹਾਂ ਅੱਜ, ਉਸ ਤੋਂ ਮਸਲਾ ਹੱਲ ਹੋ ਜਾਵੇ ਇਹਨਾਂ ਦਾ। ਨਹੀਂ, ਤਰੀਕਾਂ ਵਾਲੀ ਗੱਲ ਨਹੀਂ ਗੀ, ਇਹ ਜਿਸ ਤਰ੍ਹਾਂ ਦਾ ਦੀਵਾਨੀ ਮਾਮਲਾ ਹੈ, ਇਹਨਾਂ ਦਾ ਆਪਸ ਵਿੱਚ ਪੰਚਾਇਤ ਦਾ ਸਾਂਝਾ ਕੰਮ ਹੈ, ਅਤੇ ਉਹਨੂੰ ਉਸ ਤਰੀਕੇ ਨਾਲ ਉਹਦੀ ਗ੍ਰੇਵੈਂਸ ਨੂੰ ਦੇਖ ਕੇ ਫੈਸਲਾ ਲਿਆ ਜਾਊਗਾ। ਫਿਲਹਾਲ ਦੇਖਦੇ ਹਾਂ, ਉਹਨਾਂ ਦੂਸਰੀ ਧਿਰ ਵੱਲੋਂ ਕੋਈ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਗਈ, ਉਹਨਾਂ ਕੋਲੋਂ ਦਰਖਾਸਤ ਲਵਾਂਗੇ, ਜਿਸ ਤਰ੍ਹਾਂ ਹੈ ਉਹ ਤਾਂ ਹੱਲ ਕਰਦੇ ਹਾਂ ਆਪਾਂ ਕਾਨੂੰਨ ਅਨੁਸਾਰ। ਹਾਂਜੀ, ਦੋਵੇਂ ਧਿਰਾਂ ਆਈਆਂ, ਦੋਨੋਂ ਧਿਰਾਂ ਬਣਾਈਆਂ ਹੋਈਆਂ।